ਹਾਂਜੀ ਹਾਂਜੀ, ਸਾਡਾ ਥਰਡ ਡੇ ਸਟਾਰਟ ਹੋਣ ਵਾਲਾ। ਦੇਖੋ ਥਰਡ ਡੇ ਦੀਆਂ ਤਿਆਰੀਆਂ ਸ਼ਿਆਰੀਆਂ ਚੱਲ ਰਹੀਆਂ, ਹੇਅਰ ਸਟਾਈਲ, ਇੱਧਰੋਂ ਕਾਲਿੰਗ, ਦੂਸਰੇ ਰੂਮ 'ਚ ਜਾ ਕੇ ਦੇਖਦੇ ਹੋ ਕਮਰ ਲਓ, ਇੱਧਰ ਵੀ ਸਾਰੇ ਤਿਆਰ ਨੇ ਆਲਰੇਡੀ। ਸਤਵੰਤ ਸਰ, ਉਹਨਾਂ ਦੇ ਮਿਸਿਸ ਅਮਰਜੋਤ, ਹਾਂਜੀ, ਬੇਟੀ ਐਂਡ ਬੇਟਾ ਰੈਡੀ। ਇੱਧਰ ਬਾਹਰ ਚਲੋ, ਚੈੱਕ ਆਊਟ, ਫੋਟੋ ਕਲਿੱਕਿੰਗ ਹੋ ਰਹੀ ਹੈ, ਚੈੱਕ ਆਊਟ, ਲੈਟ ਅਸ ਗੋ, ਕਮ ਔਨ, ਯੈਸ, ਵੈਰੀ ਗੁੱਡ। ਚਲੋ ਭਾਈ ਚਲੋ, 512 ਐਂਡ 510 ਆ ਮੈਂ, ਚਲੋ ਸਮਾਨ ਤਾਂ ਅਸੀਂ ਲੈ ਕੇ ਜਾਣਾ ਹੁੰਦਾ ਵੀ। ਐਂਟਰੀ ਮਿਸ ਹੋ ਗਈ ਤਾਂ ਇਹ ਥਰਡ ਡੇ ਦਾ ਫਸਟ ਟ੍ਰਿਪ ਸਿਟੀ ਮਹਿਲ, ਜਿੱਥੇ ਰਾਜਾ ਆਪ ਰਹਿੰਦੇ ਨੇ। ਥੋੜ੍ਹੀਆਂ ਕਲਿੱਕ ਕਰਨ ਤੋਂ ਬਾਅਦ ਇਹ ਸੈਂਟਰ 'ਤੇ ਬਹੁਤ ਵਧੀਆ, ਧੁੱਪ ਬਹੁਤ ਨਿਕਲੀ ਹੋਈ ਜਦਕਿ ਪੰਜਾਬ ਦੇ ਵਿੱਚ ਪੂਰੀ ਸਰਦੀ ਹੈ, ਅਤੇ ਇੱਥੇ 7 ਵਜੇ ਹੀ ਧੁੱਪ ਨਿਕਲ ਜਾਂਦੀ ਸੀ। ਪਹਿਲਾਂ ਦਾ ਬੜਾ ਮਜ਼ਾ ਆਉਂਦਾ ਸੀ, ਆ ਜਾਓ ਬੀਕਾਨੇਰੀ। ਇਹ ਅੰਦਰ ਮਿਊਜ਼ੀਅਮ ਦੇ ਫੋਟੋ ਕਲਿੱਕਿੰਗ ਕਰਨਾ, ਵੀਡੀਓ ਸ਼ੂਟਿੰਗ ਕਰਨਾ ਅਲਾਊਡ ਨਹੀਂ ਸੀ। ਇਸ ਤੋਂ ਬਾਅਦ ਅਸੀਂ ਚਲੇ ਗਏ, ਚਲੋ ਚਲੋ ਚਲੋ, ਮਾਰਕੀਟ 'ਚ ਬਾਜ਼ਾਰ ਸ਼ੋਪਿੰਗ ਕਰਨ। ਹਾਂਜੀ ਆ ਜਾਓ ਆ ਜਾਓ, ਵੈਰੀ ਗੁੱਡ। ਸ਼ੋਪਿੰਗ ਦਾ ਦ੍ਰਿਸ਼ ਤੁਹਾਨੂੰ ਦਿਖਾਉਂਦੇ ਹੋ। ਹਾਂਜੀ, ਬਹੁਤ ਵਧੀਆ ਸੀਗੀ, ਬਹੁਤ ਜੈਪੁਰੀ ਸਾੜੀਆਂ, ਕੱਪੜੇ। ਫਿਰ ਅਸੀਂ ਗੁਰਦੁਆਰਾ ਸਾਹਿਬ ਆ ਗਏ ਸ਼ਾਮ ਨੂੰ, ਸ਼ੋਪਿੰਗ ਕਰਨ ਤੋਂ ਬਾਅਦ 'ਚ ਗੁਰਦੁਆਰਾ ਸਾਹਿਬ ਮੱਥਾ ਟੇਕਿਆ, ਰੈਸਟ ਕੀਤੀ 2 ਘੰਟੇ। ਇਹ ਤੁਹਾਡੇ ਲਈ ਵੀ ਦੱਸ ਰਿਹਾ ਮੈਂ, ਉੱਥੇ ਹੌਲ ਬਣਿਆ ਹੋਇਆ ਰੈਸਟ ਕਰਨ ਨੂੰ, ਦੇਖੋ ਜਿਹੜੇ ਪੈਸੈਂਜਰ ਬਾਹਰੋਂ ਆਉਂਦੇ ਨੇ। ਉਸ ਤੋਂ ਬਾਅਦ ਅਸੀਂ ਰੈਸਟ ਕਰਨ ਤੋਂ ਬਾਅਦ ਬਾਹਰ ਮਾਰਕੀਟ ਚਲੇ ਗਏ, ਮਾਰਕੀਟ ਬਹੁਤ ਵਧੀਆ, ਗੁਰਦੁਆਰਾ ਸਾਹਿਬ ਦੇ ਪਿੱਛੇ ਹੀ ਲੱਗਦੀ ਹੈ। ਫਿਰ ਸਾਡੇ ਜਿਹੜੇ ਮਿਸਿਸ ਆ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ, ਬਹੁਤ ਸੰਤੁਸ਼ਟੀ ਮਿਲੀ ਲੰਗਰ ਦੀ ਸੇਵਾ 'ਤੇ। ਸਾਨੂੰ 8 ਵਜੇ ਲੰਗਰ ਵੀ ਚਾਹੀਦਾ ਸੀ, ਉਸ ਤੋਂ ਬਾਅਦ ਅਸੀਂ ਟ੍ਰੇਨ ਫੜਨੀ ਸੀ 9:30 ਵਜੇ। ਅੰਦਰ ਰਹਿਰਾਸ ਦਾ ਪਾਠ ਚੱਲ ਰਿਹਾ ਸੀ, ਕੀਰਤਨ ਚੱਲ ਰਹੇ ਸੀ, ਅਸੀਂ ਵੀ ਪਾਠ ਸੁਣਿਆ। ਫਿਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਪਾਰਕ ਵੀ ਹੈ, ਬਹੁਤ ਵਧੀਆ ਪਾਰਕ ਹੈ। ਕੀਰਤਨ ਸੁਣਨ ਤੋਂ ਬਾਅਦ ਅਸੀਂ ਉੱਥੇ ਪਾਰਕ ਵਿੱਚ ਚਲੇ ਜਾਂਦੇ ਹਾਂ। ਉਹ ਮੈਂ ਦਿਖਾਉਂਦਾ, ਇਹ ਪਾਰਕ ਹੈ ਹਾਂ, ਅਤੇ ਇੱਥੇ ਸਾਰੇ ਬੈਠ ਕੇ ਗੱਪਾਂ ਛੱਪਾਂ ਮਾਰੀਆਂ, ਬੱਚੇ ਖੇਡੇ। ਦੇਖੋ ਅਰਗੁਨ ਮਿਕਸ ਹੋ ਗਏ ਸੀ ਉੱਥੇ ਬਾਕੀ ਬੱਚਿਆਂ ਨਾਲ, ਕ੍ਰਿਕਟ ਖੇਡ ਰਹੇ ਆ ਕੰਵਰ ਅਰਗੁਨ। ਫਿਰ ਅਸੀਂ 8 ਵਜੇ ਲੰਗਰ ਛਕਿਆ, ਲੰਗਰ ਸਿਰਫ ਸਾਨੂੰ ਸਿਖਾਇਆ ਪਹਿਲਾਂ ਉਹਨਾਂ ਨੇ, ਕਿਉਂਕਿ ਅਸੀਂ ਜਲਦੀ ਵਿੱਚ ਸੀਗੇ। ਬਹੁਤ ਵਧੀਆ ਕੋਆਪਰੇਟ ਕੀਤਾ ਗੁਰਦੁਆਰਾ ਸਾਹਿਬ ਵਿੱਚ ਸਾਰਿਆਂ ਨੇ, ਆਪਣਾਪਨ ਲੱਗਿਆ ਉੱਥੇ ਜਾ ਕੇ ਲੰਗਰ ਵਿੱਚ, ਰਾਜਮਾਂ ਦਾ ਚਾਵਲ। ਅਤੇ ਫਿਰ ਅਸੀਂ ਸਟੇਸ਼ਨ ਵੱਲ ਨੂੰ ਆ ਗਏ ਸਾਰੇ, ਤਾਂ ਇੱਥੋਂ ਅਸੀਂ ਟ੍ਰੇਨ ਲੈ ਕੇ ਵਾਪਸ ਜੈਪੁਰ ਤੋਂ ਪੰਜਾਬ ਜਾਣਾ ਸੀ। ਦੇਖੋ ਕਿੰਨੇ ਸਾਰੇ, ਪੂਰੀ 3 ਦਿਨਾਂ ਬਾਅਦ ਵੀ ਪੂਰੀ ਐਨਰਜੀ, ਐਕਸਰਸਾਈਜ਼ ਕਰਦੇ ਹੋਏ ਇੱਥੇ। ਮੈਨੂੰ ਸਮਝ ਨਹੀਂ ਆਈ ਇਹਨਾਂ ਨੂੰ ਕੀ ਹੋ ਗਿਆ ਸੀ, ਪੰਜਾਬ ਜਾਣ ਦੀ ਖੁਸ਼ੀ ਸੀ ਵਾਪਸ, ਕੁਛ ਹੋਰ ਹੀ ਸੀ, ਐਕਸਰਸਾਈਜ਼ ਕਰਦੇ ਪਏ ਰਾਤ ਨੂੰ 9:30। ਚਲੋ ਜੋ ਵੀ ਹੈ, ਇੱਥੇ ਧੱਕੇ ਨਾਲ ਇਹਨਾਂ ਨੇ ਸੀਟਾਂ ਮੱਲੀਆਂ, ਜੋ ਦੂਜਿਆਂ ਨੂੰ ਠਾ ਠਾ ਕੇ ਥੱਕੇ ਪਏ ਸੀ ਆਪ। ਅਤੇ ਇੱਕ ਹੋਰ ਨਜ਼ਾਰਾ ਜੋ ਅਸੀਂ ਟ੍ਰੇਨ ਦੇ ਵਿੱਚ ਦੇਖਿਆ, ਇੱਕ ਭਾਈ ਸੀਗਾ ਜ਼ਬਰਦਸਤੀ ਸੌਂ ਗਿਆ ਥੱਲੇ, ਫਿਰ ਉਹਦੇ ਅਸੀਂ ਆਹ ਕੰਨ ਖਾਧੇ, ਉਹਨੂੰ ਸੌਣ ਨਹੀਂ ਦਿੱਤਾ ਪੰਜਾਬ ਤੱਕ। ਮੇਰਾ ਸੁਬਹਾ ਅਸੀਂ ਉੱਠ ਖੜੇ, ਸੁਬਹਾ 5:30 ਉੱਠ ਖੜੇ ਸੀਗੇ, ਟ੍ਰੇਨ 1 ਘੰਟਾ ਲੇਟ ਸੀ, ਅਤੇ ਫਿਰ ਸੀ ਆਫ ਟ੍ਰੇਨ ਨੂੰ ਬਾਏ ਬਾਏ ਕਹਿੰਦੇ ਹੋਏ ਟ੍ਰਿਪ ਦਾ ਲਾਸਟ ਦਿਨ ਜੋ ਮੋਰਨਿੰਗ